ये तो आप सारे ही जानते हाँ कि साड़ी धरती के उपर की है। धरती नूं तां छड्डो, असी ब्रह्मंड दे विच भी पता नहीं किन्नी दूर जाके नवे नवे ग्रह लभ ले ने, पर की तुहानूं पता है कि साड़ी धरती दे अंदर की है, इस दे अंदर कित्थे तक मैटल है ते कित्थे तक लिक्विड जां कहीए तरल पदार्थ है, धरती दी कोर दे विच की है, ये किन्नी डूंगी ते किन्नी वड्डी है। इत्थे सब तो वड्डा सवाल यह भी आउंदा है कि सानूं किवें पता लग्या कि साड़ी धरती दे अंदर ये कुछ है। इन्हां सारे सवालों के जवाब जानने लई जुड़े रहो मेरे नाल, मैं तुहाडा होस्ट जसप्रीत सिंह, तुसीं देख रहे हो जो टीवी। अज्ज दी इस वीडियो दे असी जाणांगे कि असी जिथे रहने हां जां असी जिथे खड़े हां वो धरती दी सतह दे अंदर की है, ते इस नूं सौखे तरीके दे नाल समझण दे लई असी धरती दे थल्ले चलदे हां। हुण असी अपनी धरती दे थल्ले नूं यात्रा शुरू करन लगे हां। जिस जगह ते असी रहने हां उस जगह तों धरती दे जिहड़े भाग दे विच असी रहने हां उस नूं क्रस्ट कहा जांदा है। इह धरती दी बाहरली लेयर जां कहीए धरती दी सब तों बाहरली परत है। धरती दी इह लेयर जां कहीए परत चट्टान, मिट्टी अते पत्थरां दे नाल बनी हुई है। इह धरती दीआं जिन्नीआं वी परतां ने उहनां दे नालों सब तों ज्यादा पतली है पर मजबूत बहुत ज्यादा है। ਧਰਤੀ ਉੱਪਰੀ ਪਰਤ ਦੇ ਦੋ ਭਾਗ ਨੇ, ਇੱਕ ਹੈ ਓਸ਼ੀਅਨ ਕ੍ਰਸਟ ਅਤੇ ਦੂਜੀ ਹੈ ਕੰਟੀਨੈਂਟ ਕ੍ਰਸਟ। ਜੇਕਰ ਧਰਤੀ ਦੇ ਡਾਇਆਮੀਟਰ ਦੀ ਗੱਲ ਕੀਤੀ ਜਾਵੇ ਤਾਂ ਸਮੁੰਦਰ ਦੀ ਸਭ ਤੋਂ ਡੂੰਘਾਈ ਵਾਲੀ ਜਗ੍ਹਾ ਵੀ ਕੋਈ ਖਾਸ ਡੂੰਘੀ ਨਹੀਂ ਹੈ, ਤੁਸੀਂ ਇੱਥੇ ਆਪ ਹੀ ਦੇਖ ਸਕਦੇ ਹੋ, ਕਿਉਂਕਿ ਡੂੰਘੇ ਤੋਂ ਡੂੰਘਾ ਸਮੁੰਦਰ ਵੀ ਧਰਤੀ ਦੀ ਉੱਪਰਲੀ ਪਰਤ ਦੇ 1-2% ਦੇ ਵਿੱਚ ਹੀ ਖਤਮ ਹੋ ਜਾਂਦਾ ਹੈ। ਧਰਤੀ ਦੀ ਅਸਲੀ ਡੂੰਘਾਈ ਤਾਂ ਇਸ ਦੀ ਉੱਪਰੀ ਪਰਤ ਜਾਂ ਕਹੀਏ ਕ੍ਰਸਟ ਵਾਲੇ ਭਾਗ ਤੋਂ ਬਾਅਦ ਸ਼ੁਰੂ ਹੁੰਦੀ ਹੈ। ਧਰਤੀ ਦੀ ਉੱਪਰੀ ਪਰਤ ਕ੍ਰਸਟ ਮਹਾਸਾਗਰਾਂ ਤੋਂ 100 ਕਿਲੋਮੀਟਰ ਦੀ ਡੂੰਘਾਈ ਤੱਕ ਫੈਲੀ ਹੋਈ ਹੈ। ਧਰਤੀ ਦੀ ਉੱਪਰੀ ਪਰਤ ਕ੍ਰਸਟ ਦਾ ਟੈਂਪਰੇਚਰ 500 ਡਿਗਰੀ ਤੋਂ ਲੈ ਕੇ 1000 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ। ਚਲੋ ਹੁਣ ਅਸੀਂ ਧਰਤੀ ਦੇ ਹੋਰ ਥੱਲੇ ਵੱਲ ਨੂੰ ਖੁਦਾਈ ਕਰਦੇ ਹਾਂ ਤੇ ਅਸੀਂ ਪਹੁੰਚ ਜਾਂਦੇ ਹਾਂ ਧਰਤੀ ਦੀ ਦੂਜੀ ਅਤੇ ਸਭ ਤੋਂ ਵੱਡੀ ਪਰਤ ਦੇ ਵਿੱਚ। ਧਰਤੀ ਦੀ ਦੂਜੀ ਪਰਤ ਦਾ ਨਾਮ ਹੈ ਮੈਟਲ, ਇਹ 2900 ਕਿਲੋਮੀਟਰ ਡੂੰਘੀ ਹੈ। ਧਰਤੀ ਦੀ ਇਹ ਪਰਤ ਦਾ ਤਾਪਮਾਨ 4000 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ। ਜਦੋਂ ਜਵਾਲਾਮੁਖੀ ਫਟਦਾ ਹੈ, ਜਿਹੜਾ ਅਸੀਂ ਲਾਵੇ ਨੂੰ ਨਿਕਲਦਾ ਦੇਖਦੇ ਹਾਂ, ਉਹ ਧਰਤੀ ਦੀ ਇਹ ਪਰਤ ਤੋਂ ਹੀ ਚੱਲਦਾ ਹੈ ਤੇ ਉੱਪਰ ਆਉਂਦਾ ਹੈ। ਹੁਣ ਆਪਾਂ ਇੱਥੋਂ ਧਰਤੀ ਦੀ ਹੋਰ ਡੂੰਘਾਈ ਵੱਲ ਚੱਲਦੇ ਹਾਂ ਤੇ ਆਪਾਂ ਪਹੁੰਚ ਜਾਂਦੇ ਹਾਂ ਧਰਤੀ ਦੀ ਕੋਰ ਦੇ ਵਿੱਚ। ਧਰਤੀ ਦੀ ਕੋਰ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਇਸ ਦੇ ਉੱਪਰ ਵਾਲੇ ਹਿੱਸੇ ਨੂੰ ਆਊਟਰ ਕੋਰ ਅਤੇ ਇਸ ਦੇ ਅੰਦਰ ਵਾਲੇ ਹਿੱਸੇ ਨੂੰ ਇਨਰ ਕੋਰ ਕਿਹਾ ਜਾਂਦਾ ਹੈ। ਜੇਕਰ ਆਪਾਂ ਕੋਰ ਦੇ ਪਹਿਲੇ ਹਿੱਸੇ ਦੀ ਗੱਲ ਕਰੀਏ ਤਾਂ ਧਰਤੀ ਤੋਂ 5100 ਕਿਲੋਮੀਟਰ ਥੱਲੇ ਨੂੰ ਡੂੰਘਾਈ ਕਰਨ ਤੋਂ ਬਾਅਦ ਇਹ ਹਿੱਸਾ ਆਵੇਗਾ ਤੇ ਧਰਤੀ ਦਾ ਇਹ ਪੂਰੇ ਦਾ ਪੂਰਾ ਭਾਗ ਆਇਰਨ ਜਾਨੀ ਕਿ ਲੋਹੇ ਦੇ ਨਾਲ ਬਣਿਆ ਹੋਇਆ ਹੈ। ਪਰ ਧਰਤੀ ਦੇ ਇਹ ਹਿੱਸੇ ਨੂੰ ਲਿਕੁਇਡ ਕੋਰ ਵੀ ਕਿਹਾ ਜਾਂਦਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਇਹ ਆਇਰਨ ਦੇ ਨਾਲ ਬਣਿਆ ਹੋਇਆ ਹੈ ਤਾਂ ਇਹ ਲਿਕੁਇਡ ਕਿਵੇਂ ਹੋਇਆ? ਇਸ ਦਾ ਕਾਰਨ ਇਹ ਹੈ ਕਿ ਧਰਤੀ ਦੇ ਇਹ ਹਿੱਸੇ ਦਾ ਟੈਂਪਰੇਚਰ 4500 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ, ਜਦਕਿ ਆਇਰਨ 1500 ਡਿਗਰੀ ਸੈਲਸੀਅਸ ਤੇ ਹੀ ਪਿਘਲ ਜਾਂਦਾ ਹੈ। ਇਸ ਲਈ ਧਰਤੀ ਦਾ ਇਹ ਹਿੱਸਾ ਲਿਕੁਇਡ ਆਇਰਨ ਦੇ ਨਾਲ ਬਣਿਆ ਹੈ। ਧਰਤੀ ਦੀ ਆਊਟਰ ਕੋਰ ਦੇ ਕਾਰਨ ਹੀ ਮੈਗਨੈਟਿਕ ਫੀਲਡ ਬਣੀ ਹੈ, ਜਿਸ ਦੇ ਕਾਰਨ ਹੀ ਅਸੀਂ ਕੰਪਸ ਨੂੰ ਵਰਤ ਸਕਦੇ ਹਾਂ। ਇਸ ਤੋਂ ਹੋਰ ਥੱਲੇ ਜਾਂਦੇ ਹੀ ਅਸੀਂ ਧਰਤੀ ਦੇ ਬਿਲਕੁਲ ਵਿਚਕਾਰ ਜਾਨ ਕਿ ਧਰਤੀ ਦੇ ਸੈਂਟਰ ਦੇ ਵਿੱਚ ਪਹੁੰਚ ਜਾਂਦੇ ਹਾਂ। ਇਸ ਨੂੰ ਕਿਹਾ ਜਾਂਦਾ ਹੈ ਇਨਰ ਕੋਰ। ਇਹ 1200 ਕਿਲੋਮੀਟਰ ਲੰਬੀ ਹੈ ਤੇ ਧਰਤੀ ਦੀ ਇੱਕ ਸੋਲਿਡ ਲੇਅਰ ਜਾਂ ਕਹੀਏ ਇੱਕ ਸਖਤ ਪਰਤ ਹੈ। ਜੇਕਰ ਅਸੀਂ ਧਰਤੀ ਤੋਂ ਥੱਲੇ ਨੂੰ ਖੁਦਾਈ ਕਰੀਏ ਤਾਂ 6370 ਕਿਲੋਮੀਟਰ ਡੂੰਘਾਈ ਦੇ ਵਿੱਚ ਜਾ ਕੇ ਸਾਨੂੰ ਧਰਤੀ ਦੀ ਇਹ ਲੇਅਰ ਮਿਲੇਗੀ। ਇਹ ਸੋਲਿਡ ਮੈਟਲ ਤੋਂ ਬਣੀ ਹੋਈ ਹੈ ਤੇ ਧਰਤੀ ਦੀ ਇਹ ਲੇਅਰ ਦਾ ਤਾਪਮਾਨ ਹੈ ਜੀ 6000 ਡਿਗਰੀ ਸੈਲਸੀਅਸ। ਸੂਰਜ ਦੀ ਸਤ੍ਹਾ ਦਾ ਤਾਪਮਾਨ ਵੀ ਲਗਭਗ ਇੰਨਾ ਹੀ ਹੁੰਦਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇੰਨੇ ਜ਼ਿਆਦਾ ਤਾਪਮਾਨ ਦੇ ਵਿੱਚ ਰਹਿ ਕੇ ਵੀ ਧਰਤੀ ਦੀ ਇਹ ਪਰਤ ਸਖਤ ਜਾਂ ਕਹੀਏ ਸੋਲਿਡ ਕਿਵੇਂ ਹੈ? ਇੱਥੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਧਰਤੀ ਦੀ ਇਹ ਪਰਤ ਦੇ ਉੱਪਰ ਧਰਤੀ ਦੀਆਂ ਦੂਜੀਆਂ ਪਰਤਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ, ਜਿਸ ਕਰਕੇ ਇਹ ਪਰਤ ਸੋਲਿਡ ਜਾਂ ਕਹੀਏ ਸਖਤ ਹੈ। ਹੁਣ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਆਵੇਗਾ, ਜਦ ਧਰਤੀ ਦੇ ਕੋਈ ਇੰਨੀ ਅੰਦਰ ਤੱਕ ਜਾ ਹੀ ਨਹੀਂ ਸਕਦਾ ਤਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਕਿਵੇਂ ਲੱਗ ਗਿਆ? ਧਰਤੀ ਦੇ ਅੰਦਰ ਦੀਆਂ ਜਾਣਕਾਰੀਆਂ ਲੈਣ ਦੇ ਲਈ ਵਿਗਿਆਨਿਕ ਸੀਸਨਿਕ ਵੇਵ ਦੀ ਵਰਤੋਂ ਕਰਦੇ ਨੇ, ਤੇ ਇਹ ਸੀਸਨਿਕ ਵੇਵ ਦੀ ਟਾਈਮਿੰਗ ਹੀ ਸਾਨੂੰ ਧਰਤੀ ਦੀ ਅੰਦਰ ਦੀ ਬਣਾਵਟ ਦੀ ਜਾਣਕਾਰੀ ਦਿੰਦੀ ਹੈ। ਇਸ ਤੋਂ ਬਿਨਾਂ ਜਦੋਂ ਕੋਈ ਜਵਾਲਾਮੁਖੀ ਫਟਦਾ ਹੈ ਤਾਂ ਉਸ ਦੇ ਵਿੱਚ ਵੀ ਧਰਤੀ ਦੇ ਬਹੁਤ ਡੂੰਘਾਈ ਦੇ ਵਿੱਚ ਪਏ ਪੱਥਰ ਧਮਾਕੇ ਦੇ ਨਾਲ ਬਾਹਰ ਆ ਜਾਂਦੇ ਨੇ, ਤੇ ਇਹਨਾਂ ਪੱਥਰਾਂ ਦੀ ਸਟੱਡੀ ਕਰਨ ਤੋਂ ਵੀ ਸਾਨੂੰ ਧਰਤੀ ਦੀਆਂ ਪਰਤਾਂ ਜਾਂ ਕਈ ਲੇਅਰ ਬਾਰੇ ਜਾਣਕਾਰੀ ਮਿਲਦੀ ਹੈ। ਇਸ ਜੀ ਸਾਡੀ ਧਰਤੀ ਤੇ ਉਸ ਦੀ ਡੂੰਘਾਈ ਬਾਰੇ ਕੁਝ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।